ਪੰਜਾਬ ਦੇ ਵਿੱਚ ਕੋਰੋਨਾ ਪੀੜਤਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ। ਦੋ ਹੋਰ ਮਾਮਲੇ ਅੱਜ ਤਾਜ਼ਾ ਹੀ ਪੋਜ਼ਿਟਿਵ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਅਤੇ ਇੱਕ ਪਠਾਨਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ। ਮੋਗਾ ਜ਼ਿਲ੍ਹੇ ਨਾਲ ਸੰਬੰਧਿਤ 13 ਜਮਾਤੀ ਭਾਈਚਾਰੇ ਨਾਲ ਸੰਬੰਧਿਤ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਹਨਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਜ ਸੁਬਹਾ ਆਈ ਰਿਪੋਰਟ ਵਿੱਚੋਂ 8 ਲੋਕਾਂ ਦੀ ਰਿਪੋਰਟ ਆ ਗਈ ਹੈ ਅਤੇ ਇਹ ਨੈਗੇਟਿਵ ਆਈ ਹੈ, ਜਦੋਂ ਕਿ 4 ਲੋਕਾਂ ਦੀ ਰਿਪੋਰਟ ਅਜੇ ਬਾਕੀ ਹੈ। ਇਹਨਾਂ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਮੁਹੰਮਦ ਇਜ਼ਰੁਦੀਨ ਹੈ, ਉਹ ਪੋਜ਼ਿਟਿਵ ਆਇਆ ਹੈ ਅਤੇ ਉਸ ਦੀ ਉਮਰ 22 ਸਾਲ ਹੈ। ਇਸ ਤੋਂ ਇਲਾਵਾ ਪਠਾਨਕੋਟ ਵਿੱਚ ਇੱਕ ਹੋਰ ਪੋਜ਼ਿਟਿਵ ਰਿਪੋਰਟ ਆਈ ਹੈ, ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਮ੍ਰਿਤਕ ਰਾਣੀ ਕੌਰ ਦਾ ਘਰ ਵਾਲਾ ਹੈ ਅਤੇ ਇਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਸੰਬੰਧੀ ਸਿਹਤ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਫਰੀਦਕੋਟ ਵਿਖੇ ਲਈਆਂ ਗਈਆਂ ਰਿਪੋਰਟਾਂ ਹਜੇ ਆਉਣੀਆਂ ਬਾਕੀ ਹਨ, ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇੱਕ ਨਾ ਜ਼ਰੂਦੀਨ ਨਾਂ ਦਾ ਲੜਕਾ, ਇਹ 23 ਸਾਲ ਉਮਰ ਇਹਦਾ, ਜਿਹੜਾ ਇਹਨਾਂ ਦੇ ਅਸੀਂ ਸੈਂਪਲ ਲਏ ਸੀਗੇ ਹੈਲਥ ਡਿਪਾਰਟਮੈਂਟ ਨੇ, ਔਰ ਇਹਦਾ ਜਿਹੜਾ ਪੋਜ਼ਿਟਿਵ ਆਇਆ ਹੀ ਉਸ ਕੈਰੀਅਰ, ਅਤੇ ਉਹਨੂੰ ਆਈਸੋਲੇਸ਼ਨ ਵਾਰਡ 'ਚ ਰੱਖਤਾ। ਬਾਕੀ ਦੇ ਜਿਹੜੇ ਹੈਗੇ ਆ 8, ਉਹ ਨੈਗੇਟਿਵ ਆ ਗਏ ਆ, ਅਤੇ ਇੱਕ ਜਿਹੜਾ ਹੈਗਾ ਇੱਥੋਂ ਦੇ ਬੈਂਕ ਮੈਨੇਜਰ ਸੀਗੇ ਲੋਕਲ, ਉਹਨਾਂ ਦਾ ਵੀ ਜਿਹੜਾ ਨੈਗੇਟਿਵ ਆ ਗਿਆ, ਉਹਨਾਂ ਨੂੰ ਇਹ ਡਿਸਚਾਰਜ ਕਰ ਰਹੇ ਆ। ਫਿਰ ਇਹ ਕਿਹਨਾਂ ਦੇ ਵਿੱਚੋਂ ਕੌਣ ਆਏ? ਇਹ ਹੈਗੇ ਨੇ ਬੰਬੇ ਤੋਂ ਨੇ, ਅੰਧੇਰੀ ਇਲਾਕੇ ਦੇ ਵਿੱਚੋਂ ਇਹ ਚੱਲੇ ਸੀਗੇ। ਇਹ ਵੱਖ ਵੱਖ ਡਿਸਟ੍ਰਿਕਟਸ 'ਚੋਂ ਹੁੰਦੇ ਜਿਹੜੇ ਇੱਥੇ ਪਹੁੰਚੇ ਸੀ, ਪਹਿਲਾਂ ਸੁਖਾਨੰਦ ਪਿੰਡ ਆ ਇੱਥੇ ਜ਼ਿਲ੍ਹੇ ਮੋਗੇ ਦਾ, ਉੱਥੇ 2 ਦਿਨ ਰਹੇ ਇਹ, ਉਸ ਤੋਂ ਬਾਅਦ ਇਹ ਝੀਂਦੇ ਪਿੰਡ 'ਚ ਆ ਗਏ ਮਜ਼ਾਰ 'ਚ, ਬਟ ਉੱਥੇ ਜਿਹੜੇ ਹੈਗੇ ਆ ਜਿਹੜੇ ਉੱਥੇ ਕੁਆਰੰਟਾਈਨ ਹੀ ਕਰ ਲਿਆ ਸੀ ਉਹਨਾਂ ਨੂੰ, ਕਿਉਂਕਿ ਪੰਜਾਬ 'ਚ ਕਰਫਿਊ ਲੱਗ ਗਿਆ ਸੀਗਾ। ਅਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਅਸੀਂ ਜਿਹੜੇ ਹੈਗੇ ਆ, ਪਹਿਲਾਂ ਇਹਨਾਂ ਦਾ ਹੈਲਥ ਚੈੱਕਅਪ ਕੀਤਾ ਸੀ, ਫਿਰ ਇਹਨਾਂ ਦੇ ਸੈਂਪਲ ਭੇਜੇ ਸੀ। ਨਹੀਂ, ਉੱਥੇ ਵਿਜ਼ਿਟ ਨਹੀਂ ਕੀਤਾ, ਜਿਹੜੇ ਮੁੰਡੇ ਦਾ ਪੋਜ਼ਿਟਿਵ ਆਇਆ ਵਾ ਉਹਦਾ, ਜਿਹੜੇ ਇਹਨੇ ਸਾਨੂੰ ਕਾਲ ਡਿਟੇਲਸ ਜਿਹੜੀਆਂ ਇਹਨੇ ਸਾਨੂੰ ਮੋਬਾਈਲ ਨੰਬਰ ਦਿੱਤੇ ਸੀਗੇ, ਉਹਨਾਂ 'ਚੋਂ ਇੱਕ ਤਾਂ ਬੰਦ ਆ ਰਿਹਾ, ਇੱਕ ਅਜੇ ਵੀ ਬੰਬੇ ਚੱਲ ਰਿਹਾ। ਲੇਕਿਨ ਇਹ ਠੀਕ ਆ ਵੀ ਇਹ ਜਿਹੜਾ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਰਲਿਆ ਸੀਗਾ, ਸੋ ਇਹ ਉੱਥੇ ਜ਼ਰੂਰ ਵਿਜ਼ਿਟ ਕਰਕੇ ਆਇਆ ਹੋਊਗਾ। ਤਬਲੀਗੀ ਜਮਾਤ ਦੀ ਹੈ? ਹਾਂ, ਤਬਲੀਗੀ ਜਮਾਤ। ਸਰ ਇਹ ਕਦੋਂ ਆਏ ਸੀਗੇ? ਇਹ ਕਰੀਬ 22 ਮਾਰਚ ਨੂੰ ਇੱਥੇ ਪਹੁੰਚੇ ਸੀਗੇ, ਹੁਣ ਤਾਂ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ। 22 ਮਾਰਚ ਤੋਂ ਲੈ ਕੇ ਅਤੇ 24 ਤੱਕ ਸੁਖਾਨੰਦ ਰਹੇ ਸੀ, ਉਸ ਤੋਂ ਬਾਅਦ ਝੀਂਦੇ ਪਿੰਡ 'ਚ ਰਹੇ ਸੀਗੇ। ਹਾਂ, ਦਿੱਲੀਓ ਇਹ ਟਰੈਵਲ ਹਿਸਟਰੀ ਇਹਨਾਂ ਦੀ ਹੈਗੀ, 12 ਨੂੰ ਇਹ ਉੱਥੋਂ ਚੱਲੇ ਸੀ ਬਾਂਦਰਾ ਟਰਮੀਨਲ ਤੋਂ, 13 ਤੋਂ 15 ਖਾਲੀ ਮਸਜਿਦ ਨਿਊ ਦਿੱਲੀ ਰਹੇ ਆ, 16-17 ਫੈਬਰਰੀ ਨੂੰ, ਮਤਲਬ ਫੈਬਰਰੀ ਦੀਆਂ ਗੱਲਾਂ, ਬਠਿੰਡਾ ਮਾਰਕਾਸ 'ਚ ਰਹੇ ਆ, 18 ਤੋਂ 22 ਨੂੰ ਬਾਜੂਆਣਾ, ਫਿਰ ਦਿਆਲਪੁਰਾ, ਕੋਟਲਾ, ਗੁਰੂ ਕਾ, ਇੱਧਰੋਂ ਹੁੰਦੇ ਹੁੰਦੇ ਫੈਬਰਰੀ 'ਚ ਫਿਰਦੇ ਰਹੇ। ਇਹ ਮੁੰਡਾ ਜਿਹੜਾ ਪੋਜ਼ਿਟਿਵ ਆਇਆ ਇਹਨਾਂ ਨੂੰ ਬਾਅਦ 'ਚ ਰਲਿਆ ਸੀ।